ਰਾਤ 1:40 ਕੋਈ 40 ਮਿੰਟ ਦੇ ਕਰੀਬ ਕਲਗੀਧਰ ਪਾਤਸ਼ਾਹ ਚਮਕੌਰ ਦੀ ਗੜੀ ਚੋਂ ਨਿਕਲੇ ਦਇਆ ਸਿੰਘ ਨਾਲ। ਹੁਣ ਤਾਂ ਇਤਿਹਾਸ ਵਿਚ ਸਿੰਘ ਹੋਰ ਵੀ ਨਾਲ ਦੱਸੀ ਜਾਂਦੇ ਨੇ, ਪਰ ਜਿਹੜੇ ਇਤਿਹਾਸ ਮੈਂ ਉਹਨਾਂ ਵਿਚ ਦਇਆ ਸਿੰਘ ਸੀ, ਮਗਰ ਨਾਲ ਦਇਆ ਸਿੰਘ ਨਾਲ ਆਏ ਘੋੜੇ ਤੇ ਸਵਾਰ ਹੋ ਕੇ ਗੜੀ ਦੇ ਵਿਚੋਂ ਨਿਕਲੇ ਨੇ। ਘੋੜਾ ਜਦੋਂ ਰਣ ਭੂਮੀ ਚ ਆਇਆ, ਘੋੜੇ ਨੇ ਸਿਰ ਥੱਲੇ ਕੀਤਾ। ਕਲਗੀਧਰ ਪਾਤਸ਼ਾਹ ਸਮਝਿਆ ਵੀ ਪਤਾ ਨੀ ਕੋਈ ਅੱਗੇ ਖਾਲੀ ਬੰਨਾ ਆ ਗਿਆ, ਘੋੜਾ ਲੰਘ ਨਹੀਂ ਰਿਹਾ। ਬੱਦਲ ਬੜਾ ਭਿਆਨਕ ਸੀ, ਕਣੀਆਂ ਪੈ ਰਹੀਆਂ ਸਨ, ਚਮਕ ਰਿਹਾ ਸੀ ਬੱਦਲ। ਬੱਦਲ ਦੀ ਲਿਸ਼ਕ ਵੱਜੀ ਤਾਂ ਕੀ ਵੇਖਿਆ, ਜੁਝਾਰ ਦੀ ਲਾਸ਼ ਪਈ ਹੈ ਤੇ ਘੋੜਾ ਚਰਨ ਚੜ ਰਿਹਾ। ਉੱਥੇ ਘੋੜੇ ਤੋਂ ਕਲਗੀਧਰ ਪਾਤਸ਼ਾਹ ਉੱਤਰ ਪਏ, ਕਹਿੰਦੇ ਮੇਰਾ ਘੋੜੇ ਚੜ ਕੇ ਮੈਂ ਸ਼ਹੀਦਾਂ ਦੇ ਉੱਤੋਂ ਲੰਘ ਰਿਹਾ। ਜੁੱਤੀ ਜੋੜਾ ਉੱਥੇ ਲਾ ਦਿੱਤਾ, ਜੁੱਤੀ ਮੇਰੀ ਜੁੱਤੀ ਵਾਲਾ ਪੈਰ ਕਿਸੇ ਸ਼ਹੀਦ ਨੂੰ ਨਾ ਲੱਗ ਜਾਏ। ਉੱਥੋਂ ਪੈਣੇ ਨੋਂਗੇ ਚੱਲੇ ਨੇ ਕਲਗੀਧਰ ਪਾਤਸ਼ਾਹ। ਗੜੀ ਵਿੱਚੋਂ ਦਸ਼ਮੇਸ਼ ਤਿਆਰ ਹੋ ਪਏ, ਵੇਖ ਸਿੰਘਾਂ ਦੇ ਤਰਲੇ ਤਿਹਾੜੇ ਦੇ ਵੱਲ, ਅਰਦਲ ਵਿੱਚ ਲੈ ਕੇ ਦਇਆ ਸਿੰਘ ਤਾਈ ਮੱਥਾ ਧਰ ਲਿਆ ਨੇ ਮਾਛੂ ਵਾੜੇ ਦੇ ਵੱਲ, ਡਿੱਠਾ ਨਾਲ ਸਤਿਕਾਰ ਦੇ ਪਾਤਸ਼ਾਹ ਨੇ ਜਾਂਦੀ ਵਾਰ ਸ਼ਹੀਦੀ ਅਖਾੜੇ ਦੇ ਵੱਲ, ਲੰਘਦੇ ਹੋਏ ਜੁਝਾਰ ਦੀ ਲਾਸ਼ ਕੋਲੋਂ ਪੈ ਗਈ ਨਿਗਾਹ ਕੁਰਬਾਨੀ ਦੇ ਲਾੜੇ ਦੇ ਵੱਲ। ਪਲ ਭਰ ਵੇਖਿਆ ਦਾਤੇ ਨੇ ਨਾਲ ਗੌਰਵ, ਅਤੇ ਫਿਰ ਮੁਸਕਾ ਕੇ ਲੰਘ ਤੁਰਿਆ। ਫਾਈਆਂ ਲਾਂਦੀਆਂ ਆਂਦਰਾਂ ਰਹਿ ਗਈਆਂ, ਪਰ ਉਹ ਪੱਲਾ ਛੁਡਾ ਕੇ ਲੰਘ ਤੁਰਿਆ। ਉਭਾਂ ਨਿਕਲ ਗਈਆਂ ਦਇਆ ਸਿੰਘ ਦੀਆਂ, ਤੇ ਉਹ ਘੇਰਨੀ ਖਾ ਕੇ ਬੈਠ ਗਿਆ। ਉਹਦੇ ਲਹੂ ਲਿਬੜੇ ਪੈਰਾਂ ਕੂਲਿਆਂ ਤੇ ਸਿੰਘ ਸੀਸ ਝੁਕਾ ਕੇ ਬੈਠ ਗਿਆ ਵੱਲ ਪਿਤਾ ਨੂੰ ਮੋਹੀ ਦੇ ਵੇਖ ਕੇ, ਤੇ ਦਇਆ ਸਿੰਘ ਰੋਹ ਵਿੱਚ ਆ ਕੇ ਬੈਠ ਗਿਆ। ਕੀ ਸੀ ਮੋਤੀਆਂ ਵਾਲੇ ਦਾ ਵਿਗੜ ਜਾਂਦਾ, ਚਾਰ ਹੰਝੂ ਜੇ ਫੁੱਲ ਤੇ ਕੇਰ ਜਾਂਦਾ, ਉਹਦੇ ਤਿਆਗ ਦੀ ਮਹਿੰਦੀ ਨਾ ਲੱਥਣੀ ਸੀ, ਸੁੱਕਾ ਹੱਥ ਜੇ ਪਿਆਰ ਦਾ ਫੇਰ ਜਾਂਦਾ। ਪਰ ਡਿੱਠਾ ਕਲਗੀਆਂ ਵਾਲੇ ਨੇ ਪਰਤ ਕੇ ਤੇ ਉੱਚੀ ਆਵਾਜ਼ ਮਾਰੀ, ਆ ਜਾ ਦਇਆ ਸਿੰਘਾ, ਬਾਜਾਂ ਨਾਲ ਉਡਾਰੀਆਂ ਲਾਉਂਦਾ ਸੈ, ਫਾਈਆਂ ਕਿਹੜੀਆਂ ਵਿੱਚ ਫਸ ਗਿਆ ਸਿੰਘਾ, ਬੜਾ ਸੁਖੀ ਏ ਮੌਤ ਦੀ ਗੋਦ ਅੰਦਰ, ਇਹਨੂੰ ਰਹਿਣ ਦੇ ਇੱਥੇ ਹੀ ਪਿਆ ਸਿੰਘਾ, ਉਹ ਖੱਪਣ ਪਾਉਂਦਾ ਏ ਕੌਣ ਪਰਵਾਨਿਆਂ ਤੇ ਚਾਦਰ ਵਿੱਚ ਲਪੇਟਣਾ ਪਿਆ ਸਿੰਘਾ। ਉਹ ਤਾਂ ਉੱਠ, ਉਹ ਨੀ ਦੇਸ਼ ਭਗਤ ਹੁੰਦਾ ਜੋ ਸ਼ਹੀਦ ਦੀ ਮੌਤ ਤੇ ਜੂੜਦਾ ਹੈ, ਇਹ ਤਾਂ ਮੰਜ਼ਲਾਂ ਮਾਰ ਕੇ ਪਿਆ ਹੈ, ਲੰਮਾ ਸਾਡਾ ਪੰਥ ਪਰ ਸੱਜਣਾ ਦੂਰਦਾ ਹੈ। ਕਿਆ ਸਿੰਘ ਨੇ ਪਾਤਸ਼ਾਹ ਤੁਸੀਂ ਚੱਲੋ, ਮੈਂ ਦੀਦਾਰ ਕਰਕੇ ਹੁਣੇ ਆ ਜਾਂਦਾ, ਇਹਨੂੰ ਮਿਲਾਂਗਾ ਫਿਰ ਕਿਸ ਥਾਂ ਉੱਤੇ, ਮੈਂ ਇਕਰਾਰ ਕਰਕੇ ਹੁਣੇ ਆ ਜਾਂਦਾ, ਮੇਰੀ ਆਤਮਾ ਤੇ ਬੋਝ ਕੁੰਭਕਾਂ ਦਾ ਹੌਲਾ ਬਾਹਰ ਕਰਕੇ ਹੁਣੇ ਆ ਜਾਂਦਾ, ਦਿਓ ਆਗਿਆ ਕਿ ਦੋਹਾਂ ਝੰਡਿਆਂ ਦਾ ਮੈਂ ਸੰਸਕਾਰ ਕਰਕੇ ਹੁਣੇ ਆ ਜਾਂਦਾ। ਛੱਡ ਕੇ ਫੁੱਲਾਂ ਨੂੰ ਮਿੱਟੀ ਦੇ ਵਿੱਚ ਰੁਲਦਾ, ਮੇਰਾ ਹੌਸਲਾ ਪਿਆ ਤੇ ਆ ਮਿਲਾਂਗਾ, ਮੈਂ ਸੰਸਕਾਰ ਕਰਨਾ ਸਾਹਿਬਜ਼ਾਦਿਆਂ ਦਾ, ਜੇਕਰ ਜਿਉਂਦਾ ਰਿਹਾ ਤੇ ਆ ਮਿਲਾਂਗਾ। ਗੁਰਾਂ ਆਖਿਆ ਰੋਹ ਦੇ ਨਾਲ ਮੁੜ ਕੇ, ਉੱਠ ਬਣੀ ਦਾ ਜ਼ਿੰਮੇਵਾਰ ਸਿੰਘਾ, ਜਿੱਤੀ ਹੋਈ ਬਾਜੀ ਨਾਲ ਘਾਲਣਾ ਦੇ ਦਿਆਂ, ਕਿਸ ਤਰ੍ਹਾਂ ਦੱਸ ਮੈਂ ਹਾਰ ਸਿੰਘਾ, ਮੇਰੀ ਨਜ਼ਰ ਵਿੱਚ ਸਾਰੇ ਸ਼ਹੀਦ ਸੁੱਤੇ, ਨਾ ਅਜੀਤ ਨਾ ਕੋਈ ਜੁਝਾਰ ਸਿੰਘਾ, ਇੱਕੋ ਜਿਹੇ ਨੇ ਸਾਰੇ, ਜੇ ਕਰ ਸਕਣਾ ਤੇ ਫਿਰ ਸਭਨਾਂ ਦਾ ਕਰੀ ਸੰਸਕਾਰ ਸਿੰਘਾ। ਮੇਰੇ ਕਾਲਜਿਆਂ ਨੂੰ ਲੱਖਾਂ ਜ਼ਖਮ ਲੱਗੇ, ਤੂੰ ਪੜੋਸ ਨਾ ਇੱਕੋ ਫੱਟ ਅੜਿਆ, ਮੇਰੀ ਨਿਗਾਹ ਚੋਂ ਵੇਖ ਕੋਈ ਇਹਨਾਂ ਵਿੱਚੋਂ ਨਹੀਂ ਅਜੀਤ ਜੁਝਾਰ ਤੋਂ ਘੱਟ ਅੜਿਆ, ਇੱਕੋ ਜਿਹੇ ਟੋਟੇ ਮੇਰੀਆਂ ਆਂਦਰਾਂ ਦੇ, ਉਹ ਸਿੱਖਾਂ ਜੱਲਿਆ ਵਿਤਕਰਾ ਕਰ ਰਿਹਾ ਹੈ, ਕੰਡੇ ਮੌਤ ਦੇ ਚੁੱਭੇ ਨੇ ਸਾਰਿਆਂ ਨੂੰ ਫੁੱਲ ਸ਼ਰਧਾ ਦੇ ਕੱਲੇ ਤੇ ਧਰ ਰਿਹਾ ਹੈ, ਇੱਥੇ ਸਭਨਾਂ ਸਵਾਸਾਂ ਦਾ ਦਾਨ ਦਿੱਤਾ, ਪਰ ਤੂੰ ਇੱਕ ਖਾਤਰ ਹੋ ਕੇ ਭਰ ਰਿਹਾ ਹੈ, ਮੈਨੂੰ ਜ਼ਿੰਦਗੀ ਦਿੱਤੀ ਹੈ ਸਾਰਿਆਂ ਨੇ, ਤੂੰ ਅਜੀਤ ਜੁਝਾਰ ਲਈ ਮਰ ਰਿਹਾ ਹੈ, ਜੇ ਤੂੰ ਅੰਮ੍ਰਿਤ ਦੀ ਸ਼ਕਤੀ ਗ੍ਰਹਿਣ ਕਰ ਦੋ, ਵੱਖੋ ਵੱਖਰੇ ਤੈਨੂੰ ਨਾ ਪੁੱਤ ਦਿਸਦੇ, ਜੇ ਤੂੰ ਭਾਈ ਕਨਈਏ ਤੋਂ ਸਬਕ ਲੈਂਦੋ, ਤੈਨੂੰ ਸਾਰੇ ਦਸ਼ਮੇਸ਼ ਦੇ ਪੁੱਤ ਦਿਸਦੇ। ਵਾਹ 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 ਵਾਹ, ਇਹ ਜੋ ਮਰਦੇ ਨੇ ਮੌਤ ਬਹਾਦਰਾਂ ਦੀ, ਇਹ ਨੀ ਖਪਨ ਦੀ ਸਮਝਦੇ ਲੋੜ ਸਿੰਘਾ, ਇਹਨੇ ਇਸ਼ਕ ਦੀ ਅੱਗ ਵਿੱਚ ਸੜਨ ਵਾਲੇ, ਰੱਖਦੇ ਚਿਖਾ ਦੀ ਨਹੀਂ ਹੈ ਜੋੜ ਸਿੰਘਾ,
ਮਾਸ ਇਹਨਾਂ ਦਾ ਖਾਣ ਨਿਸ਼ੰਗ ਹੋ ਕੇ ਇਲਾ ਕਾਂ ਤਰੋੜ ਤਰੋੜ ਸਿੰਘਾ ਤਾਂ ਕਿ ਅਣਖ ਦੀ ਜੱਗ ਨੂੰ ਮਿਲੇ ਗੁਰਤੀ ਤੇ ਜੰਮਣ ਸੂਰਮੇ ਲੱਖ ਕਰੋੜ ਸਿੰਘਾ। ਇਹਨਾਂ ਵਾਸਤੇ ਕੱਪਣ ਜੇ ਕੋਲ ਰੱਖਦਾ ਤਾਂ ਮੈਂ ਵੇਹਦਾ ਨਾ ਗਜ ਕਮਜ਼ੋਰ ਦਾ ਨਾ, ਹੰਝੂ ਇਹਨਾਂ ਲਈ ਹੁੰਦੇ ਜੇ ਅੱਖ ਅੰਦਰ ਤਾਂ ਮੈਂ ਇਹਨੂੰ ਪਿਆਸਿਆਂ ਟੋਰਦਾ ਨਾ। ਮੇਰੀ ਰੂਹ ਇਸ ਮੌਤ ਨੂੰ ਦੋਜਦੀ ਰਹੀ ਪਰ ਮੈਂ ਹੁਕਮ ਵਜਾ ਕੇ ਆ ਗਿਆ ਹਾਂ। ਲੋਕੀ ਕਹਿਣ ਤੇ ਕਹਿਣ ਲੱਖ ਵਾਰ ਮੈਨੂੰ ਕਿ ਮੈਂ ਪੁੱਤ ਮਰਵਾ ਕੇ ਆ ਗਿਆ ਹਾਂ। ਇਹਨਾਂ ਮਿਹਨਿਆਂ ਤੋਂ ਸਮਝਾ ਮਾਣ ਮਿਲਦਾ ਕਿ ਸਰਬੰਸ ਸੁਲਟਾ ਕੇ ਆ ਗਿਆ ਹਾਂ। ਇਹ ਵੀ ਕਹਿਣ ਲੋਕੀ ਤਾਂ ਵੀ ਸੁਣ ਲਵਾਂਗਾ ਕਿ ਮੈਂ ਜਾਨ ਬਚਾ ਕੇ ਆ ਗਿਆ। ਮੈਨੂੰ ਤਾਂ ਪਰਵਾਹ ਨਹੀਂ ਜੱਗ ਸਾਰਾ, ਮੈਨੂੰ ਲੱਖ ਵਾਰੀ ਰਾਣ ਦਾ ਚੋਰ ਸਮਝੇ ਇਹ ਨਾ ਸੁਣਾ। ਗੋਬਿੰਦ ਸਿੰਘ ਨੇ ਸਿੱਖ ਹੋਰ ਸਮਝੇ ਤੇ ਪੁੱਤ ਹੋਰ ਸਮਝੇ। ਇਹ ਜੋ ਚਾਦਰੇ ਦਾ ਖੱਪਣ ਪਾ ਰਿਹਾ ਹੈ ਇਹਦੇ ਨਾਲ ਚੱਲੇ ਨੀ ਸੱਜ ਸਿੰਘਾ, ਪਰਦੇ ਪਾ ਸ਼ਹੀਦਾਂ ਦੇ ਕੱਪੜਾਂ ਦੇ, ਇਹਨਾਂ ਦੀਆਂ ਵਡਿਆਈਆਂ ਨਾ ਕਾਜ ਸਿੰਘਾ। ਲੜਕੇ ਜਾਂਗੇ ਤਾਂ ਜਿਹੜੇ ਮਰਨ ਯੋਧੇ, ਕੱਪੜ ਉਹਨਾਂ ਨੂੰ ਹੁੰਦੇ ਨੇ ਬਾਜ ਸਿੰਘਾ, ਟੋਟੇ ਇਹਨਾਂ ਦੇ ਗਿਣ ਨਿਸ਼ੰਗ ਲੋਕੀ ਸੂਰ ਬੀਰਾਂ ਦੀ ਇਹਦੇ ਵਿੱਚ ਲੱਜ ਸਿੰਘਾ। ਜੇਕਰ ਇਹਨਾਂ ਨੂੰ ਖੱਪਣ ਦੀ ਚਾਹ ਹੁੰਦੀ ਮਰਦੇ ਮਹਿਲੀਏ ਪਲੰਘ ਨਿਵਾਰੀਆਂ ਤੇ, ਇਹਦੇ ਖੱਪਣ ਲਾਸ਼ਾਂ ਪਰਦੇ ਪਾਉਣ ਦੀਆਂ ਭਾਰਤ ਦੀਆਂ ਸਤਵੰਤੀਆਂ ਨਾਰੀਆਂ ਤੇ। ਅੰਮ੍ਰਿਤ ਧਾਰੀਆ ਉੱਠ ਨਿਸ਼ਚਿੰਤ ਹੋ ਕੇ, ਰਾਜੀ ਕਦੇ ਨੀ ਸਾਰਾ ਸੰਸਾਰ ਰਹਿੰਦਾ, ਲੱਤ ਦੋਈ ਬੇੜੀ ਮੈਂ ਨੀ ਰੱਖ ਸਕਦਾ, ਜਾਂ ਉਰਾਰ ਰਹਿੰਦਾ ਜਾਂ ਮੈਂ ਪਾਰ ਰਹਿੰਦਾ। ਇੱਕੋ ਚੀਜ਼ ਹੀ ਸੱਜਣਾ ਰੱਖਣੀ ਸੀ, ਜਾਂ ਅਸੂਲ ਰਹਿੰਦਾ ਜਾਂ ਪਰਿਵਾਰ ਰਹਿੰਦਾ, ਨਹੀਂ ਸਿੱਧੂਆਂ ਜੋਗੀ ਦੇ ਵਿੱਚ ਥਾਂ ਮੇਰੇ ਰਹਿੰਦੀ, ਕੌਮ ਜਾਂ ਪੁੱਤਰਾਂ ਦਾ ਪਿਆਰ ਰਹਿੰਦਾ। ਦਇਆ ਸਿੰਘ ਅੱਗੋਂ ਬੋਲ ਸਕਿਆ ਨਾ, ਹੰਝੂ ਕੇਰਦਾ ਕੇਰਦਾ ਟੁਰ ਪਿਆ ਹੋ, ਸੂਰਮਤਾਈ ਤੇ ਉਸ ਪਰਮਾਤਮਾ ਦੀ ਮਾਲਾ ਫੇਰਦਾ ਫੇਰਦਾ ਤੁਰ ਪਿਆ ਹੋ, ਮਾਲਾ ਫੇਰਦਾ ਫੇਰਦਾ ਤੁਰ ਪਿਆ ਹੋ।